ਜਬਰਦਸਤੀ ਕਰਨੀ ਆ ਮੈਂ ਲਾ ਨੇ ਆਰਡਰ ਤੂੰ ਕੈਮ ਰੱਖੂਗਾ ਜੇ ਤੁਹਾਡਾ ਝਗੜਾ ਹੋਊ ਤੇ ਮੈਂ ਉਹ ਵੇਖੂਗਾ ਕੀ ਕਰਨਾ ਉਹਦੇ ਵਿੱਚ ਠੀਕ ਹੈ ਬੱਚਿਆਂ ਨੇ ਆਪਣੀ ਮਤਰੇਈ ਮਾਂ ਨੂੰ ਹੀ ਘਰੋਂ ਬਾਹਰ ਕੱਢ ਦਿੱਤਾ ਤੇ ਘਰ ਨੂੰ ਬਾਹਰੋਂ ਤਾਲਾ ਜੜ ਦਿੱਤਾ। ਦਰਅਸਲ ਬੱਚਿਆਂ ਨੇ ਆਪਣੇ ਪਿਤਾ ਦੀ ਮੌਤ ਦੇ ਇਲਜ਼ਾਮ ਆਪਣੀ ਮਤਰੇਈ ਮਾਂ ਤੇ ਲਗਾਏ ਸਨ ਅਤੇ ਇਸ ਕੇਸ ਦੇ ਵਿੱਚ ਉਸ ਨੂੰ ਜੇਲ੍ਹ ਵੀ ਕਰਾ ਦਿੱਤੀ ਸੀ, ਪਰ ਜ਼ਮਾਨਤ ਮਿਲਣ ਤੋਂ ਬਾਅਦ ਮਹਿਲਾ ਆਪਣੇ ਘਰ ਪਹੁੰਚੀ ਪਰ ਬੱਚਿਆਂ ਨੇ ਉਸ ਨੂੰ ਘਰ ਦੇ ਅੰਦਰ ਨਹੀਂ ਵੜਨ ਦਿੱਤਾ ਅਤੇ ਤਾਲਾ ਹੀ ਜੜ ਦਿੱਤਾ, ਜਿਸ ਕਾਰਨ ਹੁਣ ਮਹਿਲਾ ਘਰ ਦੇ ਬਾਹਰ ਬੈਠ ਕੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਇਹ ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਪਰਮਜੀਤ ਕੌਰ ਨਾਮ ਦੀ ਮਹਿਲਾ ਵੱਲੋਂ ਆਪਣੇ ਦੂਜੇ ਪਤੀ ਦੇ ਬੱਚਿਆਂ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਤਾਂ ਉਸ ਨੂੰ ਪਤੀ ਦੇ ਮੌਤ ਦੇ ਝੂਠੇ ਕੇਸ ਦੇ ਵਿੱਚ ਅੰਦਰ ਭੇਜਿਆ ਗਿਆ ਅਤੇ ਜਦੋਂ ਮੈਡੀਕਲ ਰਿਪੋਰਟ ਦੇ ਵਿੱਚ ਦੋਸ਼ ਸਾਬਤ ਨਾ ਹੋਏ ਤਾਂ ਉਸ ਨੂੰ ਜ਼ਮਾਨਤ ਮਿਲੀ ਤੇ ਹੁਣ ਉਸ ਨੂੰ ਬੱਚੇ ਘਰ ਦੇ ਅੰਦਰ ਦਾਖਲ ਨਹੀਂ ਹੋਣ ਦੇ ਰਹੇ। ਇੱਥੋਂ ਤੱਕ ਉਸਦਾ ਸਮਾਨ ਵੀ ਖੁਰਦ ਬੁਰਦ ਕਰ ਦਿੱਤਾ ਗਿਆ ਅਤੇ ਉਹ ਮਾਰਚ ਮਹੀਨੇ ਤੋਂ ਰਿਸ਼ਤੇਦਾਰਾਂ ਦੇ ਘਰ ਰਹਿ ਰਹੀ ਹੈ, ਪਰ ਹੁਣ ਉਸਨੇ ਇਹ ਠਾਣ ਲਿਆ ਕਿ ਉਹ ਆਪਣੇ ਘਰ ਦੇ ਅੰਦਰ ਦਾਖਲ ਹੋਵੇਗੀ ਅਤੇ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਘਰ ਦੇ ਬਾਹਰ ਹੀ ਆਤਮ ਦਾਹ ਕਰ ਲਵੇਗੀ। ਉਧਰ ਇਸ ਸੰਬੰਧੀ ਮੌਕੇ ਤੇ ਪਹੁੰਚੀ ਪੁਲਿਸ ਫਿਲਹਾਲ ਉਸ ਨੂੰ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਉਹ ਇਲਾਕਾ ਉਹਨਾਂ ਦੇ ਹੱਕ ਹਦੂਦ ਤੋਂ ਬਾਹਰ ਹੈ, ਫਿਰ ਵੀ ਜੇਕਰ ਕੋਈ ਝਗੜਾ ਹੁੰਦਾ ਹੈ ਤਾਂ ਉਹ ਕਾਰਵਾਈ ਕਰਨਗੇ, ਪਰ ਉਸ ਔਰਤ ਨੂੰ ਘਰ ਅੰਦਰ ਖੁਦ ਹੀ ਜਾਣਾ ਪਵੇਗਾ। ਪਰ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਰ ਸਕਦੀ। 2007 ਚ ਹੋਈ ਸੀ ਮੇਰੇ ਨਾਂ ਪਰਮਜੀਤ ਆ, ਮੇਰੇ ਹਸਬੈਂਡ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਸੀ, ਜਿਨ੍ਹਾਂ ਦੀ ਡੈਥ 2 ਦਸੰਬਰ ਨੂੰ ਹੋ ਗਈ ਸੀ। ਇਹਨਾਂ ਨੇ ਮੇਰੇ 'ਤੇ ਝੂਠਾ ਪਰਚਾ ਕਰਾਇਆ ਕਿ ਮੈਂ ਉਹਨਾਂ ਨੂੰ ਪੋਇਜ਼ਨ ਦੇ ਕੇ ਮਾਰਿਆ, ਮੇਰੇ ਨਾਲ ਕੋਈ ਸਾਥੀਆਂ ਦਾ ਨਾਂ ਲਾਇਆ, ਜਿਹੜੀ ਕਿ ਗੱਲ ਬਿਲਕੁਲ ਝੂਠੀ ਹੈ। ਇਹਨਾਂ ਨੇ ਹੁਣ ਵੇਖੋ, ਮੈਂ 6 ਮਾਰਚ ਨੂੰ ਮੇਰੀ ਜ਼ਮਾਨਤ ਹੋ ਗਈ, ਮੈਂ ਜਦੋਂ ਘਰ ਆਈ ਹਾਂ ਇਹ ਮੈਨੂੰ ਘਰ ਨਹੀਂ ਵੜਨ ਦੇਣਦੇ, ਇਹ ਬੱਚੇ ਬੇਦਖਲ ਨੇ, ਕਿੰਨੇ ਭੈਣ ਭਰਾ ਦੋਵੇਂ ਨੌਵਾਂ ਜਵਾਈ, ਹੁਣ ਇਹ ਕਦੀ ਅਦਾਲਤ 'ਚ ਜਾ ਕੇ ਮੇਰਾ ਪਿੱਛਾ ਕਰਨ ਦੇ, ਕਦੀ ਕੁਛ ਕਰਦੇ, ਜਿਹੜੇ ਸਾਰੇ ਮੇਰੇ ਕੋਲ ਪਰੂਫ ਹੈ, ਇਹਨਾਂ ਮੈਨੂੰ ਕੁਛ ਵੀ ਮਰਵਾ ਸਕਦੇ, ਕੁਛ ਵੀ ਕਰ ਸਕਦੇ ਆ। ਇਹ ਮੁੰਡਾ ਨਸ਼ੇ ਕਰਦਾ ਅਤੇ ਕਹਿੰਦਾ ਨਸ਼ੇ ਵੇਚਦਾ ਵੀ ਹੈ, ਇਹਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਖਤਰਾ ਬਣਿਆ। ਹੁਣ ਵੇਖੋ, ਮੈਂ ਕਦੀ ਆਪਣੇ ਭੈਣ ਭਰਾਵਾਂ ਕੋਲ ਰਹਿ ਰਹੀ ਕਦੀ ਕਿਤੇ, ਮੈਂ ਕਿੱਥੇ ਜਾਵਾਂ, ਮੈਨੂੰ ਇੱਥੇ ਇਨਸਾਫ ਸਫਾਈ ਦਾ, ਮੈਂ ਆਪਣੇ ਘਰ ਜਾਣਾ ਚਾਹੁੰਦੀ। ਤਾਂ ਮੇਰੀ ਬੇਨਤੀ ਹੈ ਕਿ ਮੇਰੀ ਜਿਹੜੀ ਹੈ ਸੀ ਐਮ ਤੱਕ ਗੱਲ ਪਹੁੰਚਾਈ ਜਾਵੇ ਕਿ ਇੱਦਾਂ ਔਰਤਾਂ ਨਾਲ ਧੱਕਾ ਹੋ ਰਿਹਾ ਵਾ, ਕੋਈ ਇਨਸਾਫ ਨਹੀਂ ਮਿਲਦਾ ਪਿਆ। ਹਾਂਜੀ, ਮੈਂ ਪੁਲਿਸ ਕੰਪਲੇਂਟ ਵੀ ਕੀਤੀ ਹੈ ਜੀ। ਪੁਲਿਸ ਇਹੋ ਕਹਿੰਦੀ ਵੀ ਤੁਹਾਡਾ ਘਰ ਤੁਸੀਂ ਜਾ ਸਕਦੇ ਜੇ, ਅਸੀਂ ਜ਼ਬਰਦਸਤੀ ਨਹੀਂ ਵੜ ਸਕਦੇ। ਹੋਈ ਜਦੋਂ ਇਹਨਾਂ ਨੇ ਤਾਲੇ ਲਾਏ ਆ, ਤਾਲੇ ਡਬਲ ਡਬਲ ਤਾਲੇ ਲਾ ਕੇ ਅੰਦਰ ਗੁੰਡੇ ਬਿਠਾ ਕੇ ਬੈਠੇ ਰਹਿੰਦੇ, ਤਾਂ ਮੈਂ ਕਿੱਦਾਂ ਵੜ ਸਕਦੀ ਹਾਂ? ਇਕੱਲੀ ਜਨਾਨੀ, ਮੇਰਾ ਕੋਈ ਬੱਚਾ ਨਹੀਂ ਹੈਗਾ, ਮੈਨੂੰ ਇਹਨਾਂ ਤੋਂ ਖਤਰਾ ਹੀ ਖਤਰਾ ਹੈ। ਹਾਂਜੀ, ਮੈਂ ਅੱਜ ਘਰ ਆਈ ਹਾਂ ਪਰ ਮੈਨੂੰ ਵੜਨ ਨਹੀਂ ਦਿੰਦੇ, ਮੈਂ ਪਹਿਲਾਂ ਵੀ ਆਈ ਹਾਂ, ਇਸ ਤਰ੍ਹਾਂ ਗੇਟ ਬੰਦ ਕਰ ਲੈਂਦੇ। ਮੇਰਾ ਪਤਾ ਲੱਗਾ ਵੀ ਮੇਰੇ ਨਾਲ ਸਮਾਨ ਸਮੂਨ ਵੇਚ ਦਿੱਤਾ ਆ, ਮੇਰਾ ਗਹਿਣਾ ਆ, ਮੇਰਾ 10 ਲੱਖ ਰੁਪਈਆ ਕੈਸ਼ ਵੀ, ਜਿਹੜੀ ਮੈਂ ਪਹਿਲੇ ਦਿਨ ਤੋਂ ਦਰਖਾਸਤਾਂ ਦੇ ਰਹੀ ਹਾਂ ਵੀ ਇਹਨਾਂ ਨੂੰ ਮੈਨੂੰ ਚੋਰੀ ਕਰਨ ਦਾ ਹੈਗਾ ਕਿ ਇਹਨਾਂ ਮੇਰਾ ਸਾਰਾ ਕੁਛ ਕੱਢ ਲਿਆ। ਹੁਣ ਬਾਹਰ ਮੈਨੂੰ ਮਹੱਲੇਦਾਰੀ ਤੋਂ ਪਤਾ ਲੱਗਿਆ ਵੀ ਇਹ ਸਮਾਨ ਕੱਢ ਕੇ ਲੈ ਗਏ। ਹਾਂਜੀ ਹਾਂਜੀ, ਇਹ ਅਮਲੀ ਹੈ, ਵੇਖੋ ਇਹਦਾ ਵੀ ਇੱਥੇ ਕੀਤਾ ਜਾਵੇ ਤਾਂ ਵੇਖੋ ਕਰ ਰਿਹਾ ਵਾ। ਹਾਂਜੀ, ਪਿਓ ਇਹਨਾਂ ਨੇ ਜਦੋਂ ਡੈਥ ਹੋਈ ਪਿਓ ਨੂੰ ਇਹਨੇ ਮੁੰਡੇ ਨੇ ਆਪ ਕੁੱਟਿਆ ਪਹਿਲਾਂ। ਹਾਂਜੀ, ਤੇ ਦੂਜੀ ਗੱਲ ਇਹ ਹੈ ਵੀ ਇਹਦੀ ਭੈਣ ਨੇ ਜਾਲੀ ਸਰਟੀਫਿਕੇਟ ਬਣਾਇਆ, ਆਪਣੀ ਉਮਰ ਵਧਾਈ ਘਟਾਈ ਆ, ਇਹਨਾਂ ਨੂੰ ਸ਼ੱਕ ਇਹ ਹੈ ਵੀ ਇਹ ਅੰਦਰ ਜਾ ਕੇ ਕੋਈ ਪਰੂਫ ਲੱਭੇਗੀ ਤੇ ਦੇਗੀ ਤੇ ਇਹਦੀ ਨੌਕਰੀ ਨੂੰ ਖਤਰਾ ਹੋਏਗਾ। ਇਹ ਸਾਰੇ ਇਸ ਤਰ੍ਹਾਂ ਕਰਕੇ ਹੇਰਾ ਫੇਰੀਆਂ ਕਰਦੇ ਆ। ਮੈਂ ਅੱਜ ਨਹੀਂ ਜਾਊਂਗੀ, ਕਦੀ ਵੀ ਨਹੀਂ ਜਾਊਂਗੀ, ਮੈਂ ਇੱਥੇ ਬੈਠੀ ਰਹੂੰਗੀ, ਮੈਂ ਆਪਣੇ ਘਰ ਦੇ ਅੰਦਰ ਐਂਟਰ ਹੋਣਾ। ਬਸ ਨਾਮ ਦੱਸ ਦਿਓ। ਕੀ ਨਾਮ ਜੀ? ਮੇਰਾ ਨਿਰਿੰਦਰ ਹੈ ਜੀ।
ਕੀ ਗੱਲ ਸਾਰੀ, ਕੀ ਮਸਲਾ ਸਾਰਾ? ਮਸਲਾ ਕੀ ਹੈ, ਮੇਰੇ ਪਿਓ ਪਿਓ ਇੰਨਾ ਚਿਰ ਰਹਿੰਦੀ ਰਹੀ ਹੈ ਨਾਲ ਸਾਡਾ ਘਰ ਮੇਰਾ ਘਰ ਹੈਗਾ, ਮੈਂ ਇੱਥੇ ਆਣਾ ਅੰਦਰ। ਹੁਣ ਤੁਹਾਡੀ ਕੀ ਮੰਗ? ਅੱਜ ਦਾ ਜਿਹੜਾ ਵਿਸ਼ੇ ਹੈਗਾ ਸਾਡੇ ਇੱਥੇ ਜਿਹੜੀ ਮੈਡਮ ਹੈਗੀ ਪੰਜਾਬ ਪਰਮਜੀਤ ਜੈ ਭੀਮ ਜੈ ਭਾਰਤ, ਮੈਂ ਓਮ ਪ੍ਰਕਾਸ਼ ਰਿਟਾਇਰ ਇੰਪਲਾਈ ਸੈਲ ਪੰਜਾਬ ਪ੍ਰਧਾਨ। ਔਰ ਅੱਜ ਜਿਹੜਾ ਬੀਬੀ ਪਰਮਜੀਤ ਕੌਰ ਜੀ ਜਿਹੜੇ ਕੋਲ ਆਏ ਨੇ ਅਸੀਂ, ਔਰ ਉਹ ਸਾਡੇ ਕੋਲ ਚੱਲ ਕੇ ਆਏ ਸੀ ਉੱਥੇ, ਔਰ ਉਹਨਾਂ ਨੇ ਆਪਣਾ ਦੁੱਖ ਦਰਦ ਦੱਸਿਆ, ਔਰ ਉਸ ਦੁੱਖ ਦਰਦ ਨੂੰ ਲੈ ਕੇ ਅੰਬੇਡਕਰ ਸਮਾਜ ਦਲ ਔਰ ਸਾਡੇ ਮਾਨਨੀਏ ਰਵੇਲਾ ਜੀ ਔਰ ਹੋਰ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਨੇ ਵਾਲਮੀਕ ਸਮਾਜ ਤੋਂ, ਉਹ ਸਾਰੇ ਆਏ ਨੇ ਕਿ ਵੀ ਬੀਬੀ ਨਾਲ ਨਾਇਨਸਾਫੀ ਹੋ ਰਹੀ ਹੈ, ਔਰ ਉਹਨੂੰ ਘਰ ਦਾ ਮਾਲਕ ਹੋਣ ਦੇ ਬਾਵਜੂਦ ਵੀ ਉਹਨੂੰ ਘਰ ਅੰਦਰ ਵੜਨ ਨਹੀਂ ਦਿੱਤਾ ਜਾਣ ਰਿਹਾ, ਅਤੇ ਉਹਦੇ ਬਾਵਜੂਦ ਵੀ ਔਰ ਉਹਦੇ ਨਾਲ ਪ੍ਰਸ਼ਾਸਨ ਵੀ ਹੈ ਔਰ ਉਹਦੇ ਨਾਲ ਨਾਲ ਮੀਡੀਆ ਵੀ ਸਾਡਾ ਸਾਥ ਦੇ ਰਿਹਾ, ਔਰ ਉਸ ਬੀਬੀ ਦੇ ਨਾਲ ਬੇਇਨਸਾਫੀ ਹੋ ਰਹੀ ਹੈ, ਔਰ ਇਹ ਜਿਹੜੀ ਬੇਇਨਸਾਫੀ ਹੈ ਜਾ ਕੇ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਬੱਚੇ ਜਿਹੜੇ ਹੈਗੇ ਨੇ ਬੇਦਖਲ ਹੈਗੇ ਨੇ, ਔਰ ਇਹ ਬੀਬੀ ਘਰ ਦੀ ਮਾਲਕ ਨਹੀਂ ਹੈਗੀ ਹੈ, ਉਹਨੂੰ ਅੰਦਰ ਵੜਨ ਨਹੀਂ ਦਿੱਤਾ ਜਾ ਰਿਹਾ, ਅਤੇ ਅਸੀਂ ਚਾਹੁੰਦੇ ਕਿ ਵੀ ਉਸ ਬੀਬੀ ਨੂੰ ਇਨਸਾਫ ਮਿਲੇ ਔਰ ਉਹਨੂੰ ਇਨਸਾਫ ਮਿਲ ਕੇ ਉਹਨੂੰ ਅੰਦਰ ਵਾੜਿਆ ਜਾਵੇ ਘਰ ਦੇ ਵਿੱਚ ਪ੍ਰਸ਼ਾਸਨ ਦੀ ਮਦਦ ਦੇ ਨਾਲ, ਔਰ ਅਸੀਂ ਅੱਗੇ ਚਾਹੁੰਦੇ ਕਿ ਜੋ ਅਗਰ ਉਹਨੂੰ ਇਨਸਾਫ ਨਾ ਮਿਲਿਆ ਤਾਂ ਉਹਦੇ ਨਾਲ ਜਿੰਨਾ ਵੀ ਸਾਡਾ ਵਾਲਮੀਕ ਸਮਾਜ ਔਰ ਸਾਡਾ ਅੰਬੇਡਕਰ ਸਮਾਜ ਦਲ, ਉਹ ਜੋ ਵੀ ਹੋਏਗਾ ਉਸ ਵੇਲੇ ਦੇ ਮੁਤਾਬਕ ਉਹਦਾ ਨਿਰਣੇ ਲਿੱਤਾ ਜਾਏਗਾ, ਔਰ ਉਹਨਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਏਗਾ, ਉਹਨਾਂ ਬੀਬੀ ਨੂੰ ਘਰ ਵਾੜਿਆ ਜਾਏਗਾ। ਅੱਜ ਜਿਹੜਾ ਅਸੀਂ ਇੱਥੇ ਆਏ ਹਾਂ, ਬੀਬੀ ਦਾ ਮਕਾਨ ਸੀਗਾ ਅਤੇ ਇਹੀ ਇੱਥੇ 16-17 ਸਾਲ ਤੋਂ ਰਹਿ ਰਹੀ ਸੀ, ਅਤੇ ਜਿਹੜਾ ਕਿ ਇਹਨੂੰ ਘਰੋਂ ਕੱਢਿਆ ਗਿਆ ਸੀਗਾ, ਅਤੇ ਹੁਣ ਜਦੋਂ ਇੱਥੇ ਵੇਖਿਆ ਤਾਂ ਆਣ ਕੇ ਇਹਨਾਂ ਨੂੰ ਘਰ ਨਹੀਂ ਵੜ ਦਿੱਤਾ ਗਿਆ, ਕਿਉਂਕਿ ਸਾਡੇ ਵੱਖ ਵੱਖ ਸੰਗਠਨ ਆਏ ਨੇ ਜਿਹੜੇ, ਅਤੇ ਉਹ ਸਾਰੇ ਹੀ ਮਹਾਰਿਸ਼ੀ ਭਗਵਾਨ ਵਾਲਮੀਕ ਸ਼ਕਤੀ ਸਾਲ ਤੋਂ ਅਤੇ ਹੋਰ ਜਿਹੜਾ ਸੰਘਰਸ਼ ਨੇ ਬਾਬਾ ਅੰਬੇਦਕਰ ਸਾਹਿਬ ਜੀ ਤੋਂ ਅਤੇ ਹੋਰ ਵੀ ਜਥੇਬੰਦੀਆਂ ਜਿਹੜੇ ਨੇ ਆਗੂਆਂ ਕੋਲ ਇਹਨਾਂ ਨੇ ਅਪਰੋਚ ਕੀਤੀ ਆ, ਅਤੇ ਸਾਡੇ ਕੋਲ ਜਿਹੜੀ ਇੱਥੇ ਪਹੁੰਚੀ, ਅਤੇ ਅਸੀਂ ਫਿਰ ਅੱਜ ਜਿਹੜਾ ਮੌਕਾ ਵੇਖਿਆ ਆਣ ਕੇ, ਅਤੇ ਬੀਬੀ ਨੂੰ ਠੀਕ ਨਹੀਂ ਸੀ ਘਰ ਵੜ ਦਿੱਤਾ ਜਾ ਰਿਹਾ, ਬਾਹਰ ਬੈਠੀ ਸੀ, ਔਰ ਇਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਆ, ਔਰ ਪ੍ਰਸ਼ਾਸਨ ਵੀ ਇੱਥੇ ਮੌਕੇ 'ਤੇ ਪਹੁੰਚਿਆ, ਉਹਨਾਂ ਨੇ ਵੀ ਆਣ ਕੇ ਦੇਖਿਆ ਕਿ ਠੀਕ ਨਹੀਂ ਬੀਬੀ ਨੂੰ ਘਰ ਵੜ ਦਿੱਤਾ ਜਾ ਰਿਹਾ, ਕਿਉਂਕਿ ਜਿਹੜੀ ਇਹ ਐਕਸਪੈਕਟਰ ਸਾਹਿਬ ਦੀ ਭਾਗ ਸਿੰਘ ਦੀ ਜਿਹੜੀ ਵਾਈਫ ਆ, ਇਹਨਾਂ ਨੂੰ ਘਰੋਂ ਕੱਢਿਆ ਗਿਆ ਸੀ, ਔਰ ਜਿਹੜਾ ਅੱਜ ਇਹਨਾਂ ਨੇ ਆਪਣਾ ਪੂਰੇ ਜੱਦੋ ਜਹਿਦ ਕੀਤੀ ਆ ਵੀ ਚਲੋ ਮੈਂ ਆਪਣੇ ਘਰ ਵੜਦੀ ਹਾਂ, ਪਰ ਨਹੀਂ, ਇਹਨਾਂ ਦੀ ਕੋਈ ਨਹੀਂ ਚੱਲਣ ਦਿੱਤੀ ਗਈ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਬੀਬੀ ਨੂੰ ਘਰ ਵਾੜਿਆ ਜਾਵੇ ਔਰ ਬੀਬੀ ਦਾ ਜਿਹੜਾ ਘਰ ਆ ਇਹਨੂੰ ਵਾਪਸ ਮਿਲੇ, ਅਤੇ ਔਰ ਜੇ ਨਹੀਂ ਇਸ ਨੂੰ ਘਰ ਵੜ ਦਿੱਤਾ ਜਾਂਦਾ ਤਾਂ ਸਾਡੇ ਸੰਗਠਨਾਂ ਵੱਲੋਂ ਸੰਘਰਸ਼ ਕੀਤਾ ਜਾਊਗਾ, ਔਰ ਬੀਬੀ ਵੀ ਅਸੀਂ ਨਾਲ ਆ, ਜੇ ਹੋਰ ਵੀ ਕਿਤੇ ਕਿਸੇ ਅਫਸਰ ਕੋਲ ਪੇਸ਼ ਹੋਣਾ ਪਿਆ ਉਹ ਵੀ ਅਸੀਂ ਹੋਵਾਂਗੇ, ਉਸ ਤੋਂ ਬਲਾਦਾ ਜੇ ਨਾ ਕੋਈ ਗੱਲਬਾਤ ਹੁੰਦੀ ਆ ਤਾਂ ਫਿਰ ਜਿੰਨੇ ਵੀ ਸੰਗਠਨ ਮੇਰੇ ਨਾਲ ਨੇ ਇਸ ਵਕਤ ਜਥੇਬੰਦੀਆਂ ਨਾਲ ਨੇ, ਅਤੇ ਸਾਰੀਆਂ ਹੀ ਇਕੱਠੀਆਂ ਹੋ ਕੇ ਸੜਕ 'ਤੇ ਉਤਰਨਗੀਆਂ, ਧਰਨਾ ਪ੍ਰਦਰਸ਼ਨ ਕਰਨਗੀਆਂ। ਮੈਂ ਇੰਨਾ ਹੀ ਕਹਿੰਦਾ ਹੋਇਆ, ਜੈ ਵਾਲਮੀਕੀ, ਹਰ ਹਰ ਵਾਲਮੀਕੀ। ਪਹਿਲੀ ਗੱਲ ਤਾਂ ਇਹ ਜੀ, ਇਹ ਸਿਟੀ ਦਾ ਏਰੀਆ, ਮੈਂ ਹੈਗਾ ਚੌਂਕੀ ਇੰਚਾਰਜ ਬਲ ਕਲਾਂ, ਠੀਕ ਹੈ ਜੀ। ਇਹ ਭੈਣ ਜੀ ਕਹਿ ਰਹੇ ਨੇ ਵੀ ਇਹ ਮੇਰਾ ਘਰ ਆ, ਜਿਹੜਾ ਮਰਨ ਵਾਲਾ ਭਾਗ ਸਿੰਘ ਆ, ਮੈਂ ਉਹਦੀ ਵਾਈਫ ਆ, ਮੇਰਾ ਰਾਈਟ ਹੈ ਘਰ ਵਿੱਚ, ਮੈਂ ਘਰ ਵਿੱਚ ਜਾਣਾ, ਆਪਣੇ ਘਰ ਵਿੱਚ ਜਾਵੇ
ਉਸਦੇ ਵਿੱਚ ਕੀ ਕਰ ਸਕਦੀ ਹੈ? ਮੈਂ ਤਾਂ ਤਾਲਾ ਤੋੜਨਾ ਨਹੀਂ ਗਾ, ਨਾ ਧੱਕੇ ਨਾਲ ਵਾੜਨਾ, ਨਾ ਕੱਢਣਾ ਜੀ। ਠੀਕ ਹੈ ਜੀ, ਜੇ ਉਹਨਾਂ ਨਾਲ ਘਰ ਹੈ ਤਾਂ ਆਪਣੇ ਘਰ ਜਾਣ, ਜਾਣਾ ਚਾਹੀਦਾ ਉਹਨਾਂ ਨੂੰ ਆਪਣੇ ਘਰ। ਨਹੀਂ ਜੀ, ਕੋਈ ਪੁਲਿਸ ਕੰਪਲੇਂਟ ਨਹੀਂ, ਕੋਈ ਕੁਛ ਨਹੀਂ ਜੀ। ਇਹ ਸਿਟੀ ਦਾ ਏਰੀਆ, ਉੱਥੇ ਦੇਣ ਜੀ, ਸਾਡਾ ਏਰੀਆ ਨਹੀਂ ਗਾ, ਸਾਡਾ ਏਰੀਆ ਪਿੱਛੋਂ ਖਤਮ ਹੋ ਜਾਂਦਾ।